ਤੁਸੀਂ ਦੇਖ ਰਹੇ ਹੋ ਟੀਵੀ ਗੱਲ ਪੰਜਾਬ ਦੀ। ਸੋ ਦੋਸਤੋ, ਪਾਣੀ ਦੀ ਕਿੱਲਤ ਦੀ ਜੇ ਗੱਲ ਕੀਤੀ ਜਾਏ ਤਾਂ ਪਾਣੀ ਦੀ ਕਿੱਲਤ ਜਿਹੜੀ ਆ ਉਹ ਹਰ ਜਗ੍ਹਾ 'ਤੇ ਪਹਿਲਾਂ ਸੁਣੀ ਦੀ ਹੁੰਦੀ ਸੀ, ਪਰ ਹੁਣ ਪੰਜਾਬ ਦੇ ਵਿੱਚ ਵੀ ਆ, ਖਾਸ ਕਰਕੇ ਪੀਣ ਵਾਲੇ ਪਾਣੀ ਦੀ, ਹੈ ਨਾ। ਸੋ ਜਿਹੜੀ ਸਾਡੀ ਸੈਂਟਰਲ ਗੌਰਮੈਂਟ ਹੈ, ਉਸਨੇ ਪੰਜਾਬ ਸਰਕਾਰ ਨੂੰ ਜਿਹੜੀ ਆ ਹਰੀ ਝੰਡੀ ਦੇ ਦਿੱਤੀ ਹੈ, ਵੱਡੇ ਸ਼ਹਿਰਾਂ ਨੂੰ ਦੀ ਪਾਣੀ ਦੀ ਕਿੱਲਤ ਜਿਹੜੀ ਆ ਦੂਰ ਹੋਏਗੀ। ਸੋ ਨਵਜੋਤ ਸਿੰਘ ਸਿੱਧੂ ਨੇ ਖਾਸ ਇਸ ਵਿਸ਼ੇ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕੁਝ ਖਾਸ ਗੱਲਾਂ ਜਿਹੜੀਆਂ ਕਹੀਆਂ ਨੇ। ਕਿਹੜੇ ਚਾਰ ਵੱਡੇ ਸ਼ਹਿਰ ਨੇ ਜਿਨ੍ਹਾਂ ਨੂੰ ਪੀਣ ਵਾਲਾ ਪਾਣੀ ਜਿਹੜਾ ਮੁਹੱਈਆ ਕਰਵਾਇਆ ਜਾਏਗਾ, ਤਾਂ ਉਹ ਵੀ ਕੁਦਰਤੀ ਸਰੋਤ ਜਿਹੜਾ ਹੋਏਗਾ। ਇਸ ਦੇ ਬਾਰੇ 'ਚ ਮੈਂ ਤੁਹਾਨੂੰ ਸਿੱਧਾ ਲੈ ਚੱਲਦੀ ਹਾਂ ਹਰਪ੍ਰੀਤ ਕੰਗ ਦੇ ਕੋਲ। ਜੀ ਕੰਗ ਸਾਹਿਬ, ਨਵਜੋਤ ਸਿੰਘ ਸਿੱਧੂ ਜਿਹੜੇ ਨੇ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਨੇ, ਅਤੇ ਕੀ ਉਸ ਦੇ ਵਿੱਚ ਖਾਸੀਅਤ ਹੈ ਕਿ ਵਾਕਈ ਹੀ ਲੋਕ ਜਿਹੜੇ ਨੇ ਉਹ ਧਰਤੀ ਹੇਠ ਨੂੰ ਪਾਣੀ ਕੱਢਦੇ ਨੇ ਜਦੋਂ, ਤਾਂ ਉਹ ਸੋਚਦੇ ਨੇ ਜਿਵੇਂ ਮੋਟਰਾਂ ਕਰਵਾ ਲਗਵਾ ਲਈਆਂ, ਹੈ ਨਾ, ਕਿ ਸਾਡੇ ਲਈ ਸ਼ੁੱਧ ਜਾਂ ਸਾਫ਼ ਪਾਣੀ ਇਹੀ ਹੈ। ਪਰ ਇੱਕ ਹੋਰ ਜ਼ਰੀਆ ਵੀ ਜਿਹੜਾ ਹੈਗਾ ਜਿਸ ਦੇ ਲਈ ਸਰਕਾਰ ਹੰਭਲਾ ਮਾਰ ਰਹੀ ਹੈ, ਕੀ ਉਹ ਖਾਸ ਜਿਹੜਾ ਇੱਕ ਪ੍ਰੋਜੈਕਟ ਹੈ ਉਹ ਤਿਆਰ ਕੀਤਾ ਜਾ ਰਿਹਾ ਚਾਰ ਸ਼ਹਿਰਾਂ ਦੇ ਲਈ? ਦੇਖੋ ਜੀ, ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇਹ ਨਵੇਂ ਪ੍ਰੋਜੈਕਟ ਦਾ ਕੱਲ੍ਹ ਐਲਾਨ ਕੀਤਾ ਕਿ ਅੰਮ੍ਰਿਤਸਰ, ਜਲੰਧਰ, ਪਟਿਆਲਾ ਨੂੰ ਅਸੀਂ ਨਹਿਰੀ ਪਾਣੀ ਦੇ ਨਾਲ ਜੋੜਾਂਗੇ, ਇਹਨਾਂ ਨੂੰ ਪੀਣ ਦੇ ਲਈ ਅਸੀਂ ਨਹਿਰੀ ਪਾਣੀ ਦਿਆਂਗੇ ਕਿ ਮਿੱਠਾ ਪਾਣੀ ਦਿਆਂਗੇ। ਜੀ, ਬਹੁਤ ਵਧੀਆ। ਵੈਸੇ ਗੱਲ ਹੈ ਕਿ ਇਹ ਜਿਹੜਾ ਨਹਿਰੀ ਪਾਣੀ, ਪੰਜਾਬ ਪੰਜਾਂ ਪਾਣੀਆਂ ਦੀ ਧਰਤੀ, ਤੇ ਜਿਹਨਾਂ ਦੇ ਇੱਕ ਵਾਸੀ ਕਿ ਇਹ ਕੋਲ ਆਪਣਾ ਪੈਸੇ ਪਾਣੀ ਬਹੁਤ ਹੈ, ਇਹਨੂੰ ਧਰਤੀ ਦੇ ਥੱਲਿਓ ਪਾਣੀ ਕਿਤੇ ਵੀ ਲੋੜ ਨਹੀਂ ਪੈਂਦੀ। ਪਰ ਸਾਡੇ ਕਿਸੇ ਵੇਲੇ ਸਾਡੇ ਪਾਣੀਆਂ ਦੇ ਟਾਕਾ ਵੱਜਿਆ ਤੇ ਅਸੀਂ, ਸਾਨੂੰ ਨਹਿਰੀ ਪਾਣੀ ਨਹੀਂ ਮਿਲਿਆ ਤੇ ਅਸੀਂ ਬੋਰ ਕਰਨ ਦੇ ਲਈ ਥੱਲੇ ਸਮਾਸੀ ਵਾਲ ਮੋਟਰਾਂ ਦਾ ਪਹੁੰਚਾ ਸਾਰਾ ਕੁਛ ਅਸੀਂ ਪਾਣੀ ਵਰਤ ਲਿਆ। ਪਰ ਨਾਲ ਨਾਲ ਹੁਣ ਇਹ ਵੀ ਹੈ ਕਿ ਜਿਹੜਾ ਨਹਿਰੀ ਪਾਣੀ ਅਸੀਂ ਇਹਨਾਂ ਸ਼ਹਿਰਾਂ ਨੂੰ ਪੀਣ ਦੇ ਲਈ ਦੇਣਾ, ਜਿਹਨਾਂ ਅਸੀਂ ਉਹ ਸ਼ੁੱਧ ਦੇ ਰਹੇ ਹਾਂ, ਫਿਰ ਤਾਂ ਗੱਲ ਠੀਕ ਹੈ। ਪਰ ਹੁਣ ਪਾਣੀ ਸ਼ੁੱਧ ਰਿਹਾ ਨੀ, ਚਾਹੇ ਅਸੀਂ ਸਮਾਸੀ ਵਾਲ ਮੋਟਰਾਂ ਦੇ ਕਰ ਲਈਏ, ਕਈ ਇੰਡਸਟਰੀਜ਼ ਨੇ ਸਿੱਧੇ ਬੋਰ ਕਰਕੇ ਪਾਣੀ ਥੱਲੇ ਧਰਤੀ ਵਿੱਚ ਉਤਾਰਤਾ, ਸਿੱਧੇ ਕੈਮੀਕਲ ਜਿਹੜਾ ਕਿ ਉਹ ਮਿਕਸ ਹੋ ਕੇ ਸਾਡੇ ਬੋਰਾਂ ਰਾਹੀਂ ਆ ਰਿਹਾ, ਅਸੀਂ ਪੀ ਰਹੇ ਹਾਂ। ਤੇ ਦੂਜੇ ਪਾਸੇ ਐਸੀਆਂ ਕੁਛ ਇੰਡਸਟਰੀਜ਼ ਨੇ ਜਿਹਨਾਂ ਨੇ ਗੰਦੇ ਨਾਲਿਆਂ ਥਰੂ ਇਹ ਸਾਡੀਆਂ ਦਰਿਆਵਾਂ ਵਿੱਚ ਪਾਣੀ ਜਿਹੜਾ ਉਹ ਮਿਲਾਤਾ, ਮਿਕਸ ਕਰਤਾ। ਜਿਵੇਂ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਵਿੱਚ ਬਿਆਸ ਦਰਿਆ ਦੇ ਵਿੱਚ ਕਿਵੇਂ ਨਸ਼ੀਆਂ ਮਿਲੀਆਂ, ਕਿ ਉੱਥੇ ਹਾਹਾਕਾਰ ਮੱਚੀ ਪਈ ਆ। ਉਸ ਤੋਂ ਬਾਅਦ ਹੁਣ ਜਿਹੜਾ ਲੁਧਿਆਣੇ ਦਾ ਬੁੱਢਾ ਦਰਿਆ ਜਿਹਨੂੰ ਕਹਿੰਦੇ ਆ, ਗੰਗਾ ਨਾਲ ਕਹਿੰਦੇ, ਜਿੱਥੇ ਜਾ ਕੇ ਉਹ ਮਿਕਸ ਹੁੰਦਾ ਦਰਿਆ ਦੇ ਵਿੱਚ, ਤੇ ਉਹ ਸਾਰੇ ਪਾਣੀ ਨੂੰ ਗੰਦਲਾ ਕਰ ਰਿਹਾ। ਉੱਥੇ ਪਹਿਲਾਂ ਮੱਛੀਆਂ ਮਰਦਾ, ਹੁਣ ਇਹੋ ਪਹਿਲਾਂ ਟਾਈਮ ਤਾਂ ਨਹੀਂ, ਪਹਿਲਾਂ ਵੀ ਜਿਹੜੀਆਂ ਆਪਣੇ ਬਿਆਸ ਦਰਿਆ ਦੇ ਵਿੱਚ ਮਰੀਆਂ, ਬੁੱਢੇ ਦਰਿਆ ਤੋਂ 15 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜੀ ਆ ਕੋਈ ਵੀ ਜੀਵ ਜੰਤੂ ਆ ਉਹ ਜਿੰਦਾ ਰਹੀ ਨੀ, ਪਹਿਲੀ ਇਹ ਗੱਲ ਹੈਗੀ ਆ। ਤੇ ਜਿਹੜਾ ਇਹ ਪਾਣੀ ਜਾਂਦਾ ਹਰੀਕੇ ਹੈਗ ਤੋਂ, ਫਿਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਫਿਰੋਜ਼ਪੁਰ ਵਗੈਰਾ ਜਿਹਨਾਂ ਵੀ ਸ਼ਹਿਰਾਂ ਦੇ ਵਿੱਚ ਜਾਂਦਾ, ਉੱਥੇ ਇਹਨਾਂ ਨੇ ਇੱਕ ਬਿਮਾਰੀ ਦੀ ਲਹਿਰ ਚਲਾ ਦਿੱਤੀ ਆ, ਕਿਉਂਕਿ ਇੱਥੋਂ ਜਦੋਂ ਪਾਣੀ ਜਾਂਦਾ ਜੀ ਫਰੀਦਕੋਟ, ਫਿਰੋਜ਼ਪੁਰ ਨੂੰ, ਤੇ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ ਦੇ ਵਿੱਚ ਵੀ ਜਾਂਦਾ, ਤੇ ਹਰਿਆਣੇ ਦੇ ਸਿਰਸੇ ਨੂੰ ਜਾਂਦਾ, ਤੇ ਫਿਰ ਰਾਜਸਥਾਨ ਨੂੰ, ਸਾਨੂੰ ਪਤਾ ਹਰੀਕੇ ਹੈਡ ਤੋਂ ਪਾਣੀ ਜਾਂਦਾ, ਰਾਜਸਥਾਨ ਦੇ ਵਿੱਚ ਬੀਕਾਨੇਰ, ਹਨੂੰਮਾਨਗੜ੍ਹ, ਜੈਸਲਮੇਰ, ਗੰਗਾ ਨਗਰ, ਜਿੱਥੇ ਤੱਕ ਵੀ ਇਹ ਪਾਣੀ ਜਾਂਦਾ ਉੱਥੇ ਤੱਕ ਇਹਨੇ ਕੈਂਸਰ ਦੀ ਬੈਲਟ ਬਣਾ ਦਿੱਤੀ, ਕਿਉਂਕਿ ਪਾਣੀ ਇੰਨਾ ਹੈ ਹੀ ਗੰਦਾ। ਜੇ ਤੁਸੀਂ ਹਰੀਕੇ ਹੈਡ ਦੇ ਉੱਤੇ ਖੜ ਕੇ ਪਾਣੀ ਦੇਖਣ ਦਾ ਯਤਨ ਕਰੋ, ਮੈਂ ਸ਼ਰਤੀ ਤੌਰ ਤੇ ਕਹਿੰਦਾ ਕਿ ਤੁਸੀਂ ਉੱਥੇ ਬਹੁਤਾ ਚਿਰ ਖੜ ਨਹੀਂ ਸਕਦੇ, ਪਾਣੀ ਇੰਨੀ ਗੰਦੀ ਸਮੈਲ ਮਾਰਦਾ ਜੀ। ਤੇ ਉਹ ਪਾਣੀ ਜਦੋਂ ਅਸੀਂ ਪੀਂਦੇ ਹਾਂ ਸਾਡੀ ਸਿਹਤ ਤੇ ਕੀ ਅਸਰ ਪੈਂਦਾ? ਤੇ ਅੱਜ ਤੱਕ ਕੋਈ ਵੀ ਸਰਕਾਰ ਰਹੀ ਹੋਵੇ ਕਿਸੇ ਨੇ ਪੰਜਾਬ ਦੇ ਪਾਣੀ ਬਾਰੇ ਨਹੀਂ ਸੋਚਿਆ, ਕਿਸੇ ਪਾਰਟੀ ਸਰਕਾਰ ਹੀ ਹੋਵੇ, ਜਿਵੇਂ ਕਹਿੰਦੇ ਰੋਜ਼ ਸਲੋਕ ਪੜ੍ਹੇ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਨਾ ਤਾਂ ਅਸੀਂ ਆਪਣੀ ਪਵਣ ਨੂੰ ਬਚਾ ਸਕੀਏ, ਨਾ ਪਾਣੀ ਨੂੰ ਬਚਾ ਸਕੀਏ, ਨਾ ਅਸੀਂ ਧਰਤੀ ਮਾਤਾ ਨੂੰ ਬਚਾ ਸਕੀਏ। ਧਰਤੀ ਮਾਤਾ ਨੂੰ ਵੀ ਕਹਿ ਲੋਗੇ ਪਾਣੀ ਵੀ ਸਾਡੇ ਜਾਂਦੇ ਜਾਂਦੇ ਹਵਾ ਦੇ ਵਿੱਚ ਜਿਵੇਂ ਲਹਿਰ ਹੋਇਆ ਹੋਇਆ ਸਾਨੂੰ ਸਾਰਾ ਕੁਛ ਪਤਾ, ਪਰ ਜੇ ਅਸੀਂ ਹੁਣ ਕਹੀਏ ਕਿ ਅਸੀਂ ਸਰਕਾਰਾਂ ਤੇ ਸਾਰਾ ਕੁਛ ਸੁੱਟ ਕੇ ਬੈਠੇ, ਪਰ ਇਹ ਨਹੀਂ ਹੋਣਾ। ਪੰਜਾਬ ਦੀ ਰਾਖੀ ਪੰਜਾਬੀਆਂ ਨੂੰ ਹੀ ਕਰਨੀ ਪੈਣੀ ਆ। ਜੇ ਪੰਜਾਬੀ ਹੰਬਲਾ ਮਾਰਨ ਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿੰਦਾ ਰਹਿਣਾ ਚਾਹੁੰਦੇ ਹੋਣ ਤਾਂ ਉਹ ਆਪਣੇ ਕੁਛ ਸ਼ੀਲੇ ਵਰਤਣ। ਨਹੀਂ, ਮੇਰਾ ਖਿਆਲ ਆ ਪੰਜਾਬੀ ਜਿਉਂਦੇ ਨਹੀਂ ਰਹਿ ਸਕਦੇ, ਪੰਜਾਬ ਬਹੁਤਾ ਚਿਰ ਜਿਉਂਦਾ ਰਹੀ ਨਹੀਂ ਸਕਦਾ। ਜਿਹੜੇ ਹਾਲਾਤ ਅੱਜ ਦੇ ਸਮੇਂ ਦੇ ਵਿੱਚ ਇੱਥੇ ਹੋਏ ਪਏ ਆ, ਤੁਹਾਨੂੰ ਇੱਕ ਛੋਟੀ ਜਿਹੀ ਗੱਲ ਹੋਰ ਦੱਸਦੇ ਹਾਂ ਕਿ 2013 ਦੇ ਵਿੱਚ ਪਲੈਨਿੰਗ ਕਮਿਸ਼ਨ ਦੀ ਇੱਕ ਰਿਪੋਰਟ ਆਈ ਸੀ, ਇਹਦੇ ਵਿੱਚ ਉਹਨੇ ਦੱਸਤਾ ਸੀ ਕਿ ਪੰਜਾਬ ਦੇ ਪਾਣੀ ਦੇ ਵਿੱਚ
ਜੀ ਜੀ ਬਿਲਕੁਲ ਬਿਲਕੁਲ ਹਰਪ੍ਰੀਤ ਕੰਗ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਹੋਰ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਟੀਵੀ ਗੱਲ ਪੰਜਾਬ ਦੀ ਦੇ ਨਾਲ।